ਦੋਸਤੋ ਕੀ ਹਾਲ ਚਾਲ ਹੈ ਜਨਾਬ, ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਅੱਜ ਹੀ ਗੁਲਾਮ ਅਹਿਮਦ। ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਨੂੰ ਕਰ ਲੈਣਾ ਕਲਿੱਕ ਤਾਂ ਕਿ ਅੱਛੀ ਅਤੇ ਬਿਹਤਰੀਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਪਹੁੰਚੇ ਸਭ ਤੋਂ ਪਹਿਲੇ। ਅਤੇ ਅੱਜ ਜਨਾਬ ਇੱਕ ਪਹਿਲਾਂ ਝੋਟੀ ਦੀ ਵੀਡੀਓ ਲੈ ਕੇ ਆਇਆ। ਝੋਟੀ ਜਨਾਬ ਸੂਈ ਕਦੋਂ ਸੂਈ ਹੈ, ਕਿੰਨਾ ਮਾਲਕ ਮੁੱਲ ਕਰਦਾ ਹੈ, ਉਹ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ। ਬਾਕੀ ਮੇਰਾ ਕੈਮਰਾਮੈਨ ਚਾਰ ਛੇਰ ਆਪਣੇ ਕੈਮਰੇ ਨਿਗਾਹ ਨਾਲ ਇਨਸ਼ਾਲਾ ਤਸੱਲੀ ਨਾਲ ਵਿਖਾਵੇਗਾ। ਮੇਰੇ ਵੀਰਾਂ ਨੇ ਤਸੱਲੀ ਕਰ ਲੈਣੀ ਹੈ, ਪਹਿਲਾਂ ਝੋਟੀ ਹੈ। ਸੂਈ ਨੂੰ ਅੱਜ ਜਨਾਬ ਕਿੰਨੇ ਦਿਨ ਹੋਏ ਨੇ, ਮਾਸ਼ਾਅੱਲਾ ਇਹ ਮੇਰੇ ਕੈਮਰੇ ਨਜ਼ਰ ਹੈ। ਝੋਟੀ ਲਾਜਵਾਬ ਹੈ, ਕੱਦ ਚੰਗਾ, ਲਾਮ ਚੰਗੀ, ਚਾਰੇ ਖੁਰ ਇੱਕੋ ਜਿਹੇ ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ, ਦੁੰਨੀ ਕੌੜੀ ਦਾ ਨਿਸ਼ਾਨ ਕੋਣੀ, ਗਿੱਠ ਗਿੱਠ ਪਛਮ ਮਾਸ਼ਾਅੱਲਾ, ਨਿੱਕੀ ਨਿੱਕੀ ਸਿੰਗੀ, ਮੱਥਾ ਸਫੈਦ, ਇੱਕੋ ਜਿਹੀ ਅੱਖ। ਬਾਕੀ ਜਨਾਬ ਕੈਮਰਾਮੈਨ ਸਾਹਿਬ ਹਵਾਨਾ ਵਿਖਾਉਣਾ ਤਸੱਲੀ ਨਾਲ, ਤਾਂ ਕਿ ਮੇਰੇ ਵੀਰਾਂ ਨੂੰ ਸਮਝ ਆਵੇ। ਹਵਾਨਾ ਜਨਾਬ ਉਹਨਾਂ ਹੀ ਅੱਗੇ ਉਹਨਾਂ ਹੀ ਪਿੱਛੇ, ਲੱਤਾਂ ਤੋਂ ਜਨਾਬ ਗਿੱਠ ਗਿੱਠ ਬਾਹਰ ਲਾਈ ਖੜੀ ਹੈ, ਪੰਡਾ ਵਾਲਾ ਹਵਾਨਾ ਮਾਸ਼ਾਅੱਲਾ, ਜਿੰਨੀ ਝੋਟੀ ਆਪ ਹੈ ਓਡਾ ਵੱਡਾ ਹਵਾਨਾ ਮਾਸ਼ਾਅੱਲਾ। ਬਾਕੀ ਪੂਰੀਆਂ ਜਨਾਬ ਆਰਾਲੀ ਅੱਲਾ ਦੇ ਫਜ਼ਲੋ ਕਰਮ ਨਾਲ ਪਛਮ ਹੈ ਪੂਰੀ ਗਿੱਠ ਗਿੱਠ। ਕੈਮਰਾਮੈਨ ਸਾਹਿਬ ਚਾਰ ਸ਼ੇਰ ਤਸੱਲੀ ਨਾਲ ਵਿਖਾਉਣੀ ਹੈ, ਵਿਖਾਵਣ 'ਚ ਇਨਸ਼ਾਅੱਲਾ ਕਮੀ ਪੇਸ਼ੀ ਨਹੀਂ ਕਰਨੀ। ਬਾਕੀ ਜਨਾਬ ਮੇਰੇ ਵੀਰਾਂ ਨੇ ਆਪਣੀਆਂ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ। ਪੁੱਛਲ ਹੈ ਜਿਵੇਂ ਜਨਾਬ ਡੋਰ ਹੁੰਦੀ ਹੈ ਅੱਲਾ ਦੇ ਫਜ਼ਲੋ ਕਰਮ ਨਾਲ, ਖੱਪੇ ਦਾ ਹਵਾਨਾ, ਮੁੱਠ ਮੁੱਠ ਦਾ ਥਾਣ, ਸੋਹਣਾ ਥਾਣ ਮਾਸ਼ਾਅੱਲਾ, ਖੱਪੇ ਦਾ ਹਵਾਨਾ, ਪੂਰਾ ਫੁੱਟ ਹਵਾਨਾ ਚੌੜਾ, ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਸਾਦਾ ਨਾਲ ਨਸੀਬ ਦੇ ਮਿਹਨਤਾਂ ਸਫ਼ਰ ਕਰਕੇ ਇਨਸ਼ਾਅੱਲਾ ਨੀਲੀ ਦੇ ਜਾਨਵਰ ਆਪਣੇ ਵੀਰਾਂ ਨੂੰ ਵਿਖਾਏ ਜਾਂਦੇ ਨੇ। ਮਗਰ ਕੱਟੀ ਆਪ ਵੀ ਕੱਟੀ ਅੱਲਾ ਦੇ ਫਜ਼ਲ ਕਰਮ ਨਾਲ, ਮੂੰਹੋਂ ਦੁੰਦੀ ਦੁੰਦੀ ਦੀ ਗਰੰਟੀ ਹੋਵੇਗੀ। ਬਾਕੀ ਜਨਾਬ ਜੋ ਇਹਦਾ ਮਾਮਲਾਤ ਹੈ ਸਾਰੀਆਂ ਗੱਲਾਂ ਜਨਾਬ ਚਾਚੇ ਤੋਂ ਸਾਂਝੇ ਲੈ ਕੇ ਦੇਣੇ ਆ। ਚਾਚਾ ਜੀ ਅਸਲਾਮ ਅਲੈਕਮ। ਵਾਲੈਕਮ ਸਲਾਮ ਜੀ। ਚਾਚਾ ਜੀ ਤਬੀਅਤ ਕਿਸ ਤਰ੍ਹਾਂ? ਠੀਕ ਹੈ ਜੀ, ਸ਼ੁਕਰ ਅੱਲਾ ਦਾ, ਅਲਹਮਦੁਲਿਲਾ ਸ਼ੁਕਰ ਅੱਲਾ ਦਾ, ਹਰ ਟਾਈਮ ਅਲਹਮਦੁਲਿਲਾ। ਚਾਚਾ ਜੀ ਸਭ ਤੋਂ ਪਹਿਲੇ ਇਹ ਦੱਸਣਾ ਕਿ ਝੋਟੀ ਮਾਸ਼ਾਅੱਲਾ ਇਹ ਆਪਣੀ ਕਿਨਵਾ ਸਵਾਸ ਹੋਈ ਹੈ? ਪਹਿਲਾਂ ਜੀ ਪਹਿਲਾਂ ਪਹਿਲਾਂ ਝੋਟੀ ਹੈ, ਮੂੰਹ ਦੋਂਦੀ ਮੂੰਹ ਚੋਂ ਦੋਂਦੀ, ਪੱਕੀ ਗੱਲ ਹੈ? ਗਰੰਟੀ ਨਾਲ, ਗਰੰਟੀ ਨਾਲ ਇਨਸ਼ਾਅੱਲਾ। ਤੇ ਚਾਚਾ ਜੀ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ? ਇਹਨੂੰ ਜੀ ਦੂਸਰਾ ਦਿਹਾੜਾ ਹੈ, ਅੱਜ 2 ਦਿਨ ਹੋ ਗਏ ਨੇ ਸੂਈ ਨੂੰ। ਚਾਚਾ ਜੀ ਸੂਈ ਖੜੀ ਹੈ ਥਣਾ ਵਿੱਚ, ਘਾਟਾ ਆਵਾਦਾ ਗੰਢ ਮਰੋੜੀ ਛੱਟਾ ਫੁਹਾਰਾ, ਬੱਚਾ ਨਾਲ ਲੈਂਦੀ ਹੋਵੇ, ਬੱਚੇ ਤੋਂ ਆਣ ਬਣ ਕਰਦੀ ਹੋਵੇ, ਹਾਜੀ ਸਾਹਿਬ ਹਰ ਕਿਸਮ ਦੀ ਗਰੰਟੀ ਹੋਵੇਗੀ। ਮੈਂ ਉੱਥੇ ਗਈ ਗਵਾਈ ਮੈਨੂੰ ਵਾਪਸ ਦੇ ਦੇਵੇ, ਛੱਟਾ ਨਿਕਲੇ, ਗੰਢ ਮਰੋੜੀ ਨਿਕਲੇ, ਮੈਂ ਇਹਦੇ ਵਿੱਚ ਕੋਈ ਵਾਧਾ ਘਾਟਾ ਇੱਥੇ ਵੀਡੀਓ ਪਾ ਕੇ ਤਸੱਲੀ ਨਾਲ ਵਿਚਵਾ ਕੇ ਦੇਵਾਂਗੇ। ਬੱਚਾ ਨਾ ਲਵੇ ਤੇ ਸਾਡੀ ਏ, ਅਸੀਂ 10,000 ਰੁਪਇਆ 20 ਡੰਡ ਦਿਆਂਗੇ। ਅੱਛਾ ਹਾਂਜੀ, ਤੇ ਬਾਕੀ ਮੂੰਹ ਦੋਨ ਦੀ ਗਰੰਟੀ ਨਾਲ? ਜੀ ਜੀ ਹਾਂਜੀ ਸਰ। ਚਾਚਾ ਜੀ ਸੂਈ ਖੜੀ ਹੈ, ਇਹਦੇ ਚ ਕੋਈ ਓਲਾ ਕੋਈ ਸ਼ਰਮ ਕੋਈ ਸਾਹਿਬ ਅੱਲਾ ਦਾ ਗੁਨਾ ਹੈ, ਸੋਨਾ ਹੈ ਜਿਹੜਾ ਦੋਸਤ ਲੈ ਗਿਆ, ਆਮ ਨਹੀਂ ਮੀਆਂ ਲੱਭਦੀਆਂ ਤਾਂ ਬਰੀਕ ਅਸਲ ਕੱਚ ਦੀ ਮੈਂ ਬਣੀ, ਅਸਲ ਵਲਾਤੀ ਝੋਟੀ ਹੈ ਇਹ। ਆਈ ਸਾਹਿਬ ਇਹਦੀਆਂ ਬਰੀਕੀਆਂ ਵੇਖ, ਫਿਰ ਐਡੀ ਨਸਲੀ ਮੈਂ ਨਹੀਂ ਲੱਭਦੀ। ਅੱਛਾ ਹਾਂਜੀ ਆਈ ਸਾਹਿਬ ਮਾਲ ਲੈ ਲੈਣਾ ਹਰ ਬੰਦੇ ਨੇ, ਪਰ ਮੈਂ ਮਾਲ ਨੂੰ ਸਮਝਣਾ ਬਹੁਤ ਔਖਾ। ਝੋਟੀ ਦਾ ਕੱਦ ਚਾਚਾ ਹੈ 5 ਫੁੱਟ? ਸਿੱਧੀ ਤਾਂ ਗੱਲ ਕਰ, ਹਾਂਜੀ ਇੰਨਾ ਕਾ, ਚਲੋ 5 ਤੋਂ 5.25 ਹੋ ਜਾਏਗਾ, ਇੰਨਾ ਕਾ ਹੈ ਆਜੀ ਸਾਹਿਬ। ਯਾਨੀ ਕਿ ਝੋਟੀ ਬਿਲਕੁਲ ਛੋਟੀ ਨਹੀਂ ਹੈਗੀ? ਹਾਂਜੀ ਸਾਹਿਬ ਝੋਟੀ ਪੂਰੀ ਹੀਰਾ ਹੈ, ਜਿਸ ਬੰਦੇ ਨੇ ਲੈਣੀ ਹੈ ਇਹ ਹੀਰਾ ਹੈ, ਸੋਨੇ ਦੀ ਅੰਗੂਠੀ ਹੈ, ਅੰਗੂਠੀ ਹੈ, ਇਹਦੇ ਸਿੰਗੀ ਵੇਖ ਮੈਂ ਦੀ, ਅੱਖ ਵੇਖ ਮੈਂ ਸਿੰਗੀ, ਮੱਥਾ ਸਫੈਦ, ਇੱਕੋ ਜਿਹੀ ਅੱਖ ਮਾਸ਼ਾਅੱਲਾ, ਬੜੀ ਜਨਾਬ ਖੂਬਸੂਰਤ ਲਾਜਵਾਬ। ਅੱਛਾ ਚਾਚਾ ਹੁਣ ਗੱਲ ਇਸ ਤਰ੍ਹਾਂ ਦੀ ਹੈ, ਹਾਂਜੀ ਬਾਕੀ ਆਪਣੀਆਂ ਗਰੰਟੀਆਂ ਤਾਂ ਹੋ ਗਈਆਂ ਪੂਰੀਆਂ? ਜੀ ਜੀ ਆਈ ਸਾਹਿਬ। ਠੀਕ ਹੈ ਹਾਂਜੀ, ਇਹ ਹੁਣ ਇਹ ਦੱਸਣਾ ਵੀ 2 ਟਾਈਮ ਦਾ ਇਮਾਨਦਾਰੀ ਨਾਲ ਜਿਹੜਾ ਇਹਦਾ ਬਹੁਤ ਚਾਹੁੰਦਾ ਪਿਆ ਨਾ। ਹਾਂਜੀ ਆਈ ਸਮਝ, ਆ ਬੱਚਾ ਛੋਟਾ ਹਜੇ ਤੱਕ, ਮਗਰ ਹਾਂਜੀ ਸਾਹਿਬ ਆ ਕੱਟੀ ਨੂੰ ਚੈੱਕ ਕਰਾ ਸਕਦੇ ਨੇ ਦੋਸਤ, ਜੇ ਕੋਈ ਗੱਲ ਹੋਵੇ ਦੂਸਰਾ ਦਿਨ ਨਾ ਸੂਈ ਨੂੰ ਹੋਵੇ ਤੇ ਮੈਂ ਆਉਣ ਜਾਣ ਦਾ ਕਿਰਾਇਆ ਦਵਾਂਗਾ। ਕੈਮਰਾਮੈਨ ਸਾਹਿਬ ਤਸੱਲੀ ਨਾਲ ਵਿਖਾ, ਚਾਚਾ ਨੇ ਤੇ ਪੈਸੇ ਪੱਕੇ ਜੇ ਪੈਸੇ, ਕੋਈ ਗੱਲ ਕਰ ਆਈ ਸਾਹਿਬ ਪੱਕੀਆਂ ਗੱਲਾਂ, ਦਿਲ ਰਾਜ਼ੀ ਕਰਦੇ ਤੇ ਮੈਂ ਖੁਸ਼ ਹੋ ਕੇ ਜਾਵਾਂ ਅੱਜ।
ਕਿਉਂਕਿ ਮੈਂ ਆਪਣੇ ਭਰਾਵਾਂ ਵਾਸਤੇ ਬੇਨਤੀ ਕਰਨਾ 30,000 ਆ ਜੀ ਸਾਹਿਬ 3,30,000 ਹਾਂਜੀ ਪੱਕੀ ਗੱਲ ਹੈ ਪੱਕੀ ਇਹਦੇ ਕੋਈ ਪਿਆਰ ਮੁਹੱਬਤ ਹੈਗੀ ਤੇ ਘੱਟ ਮਾਰ ਮੌਕੇ ਤੇ ਕੋਈ ਫਰਕ ਰੱਖਿਆ ਹੀ ਨਾ ਤੇ ਨਾ ਰੱਖ ਫਰਕ ਜਿੰਨਾ ਹੈਗਾ ਨਾ ਘੱਟ ਤੇ ਆ ਗਿਆ ਚੀਜ਼ ਤੇਰੀ ਅੱਛੀ ਅੱਲਾਹ ਤਾਲਾ ਬਾਦ ਨਜ਼ਰ ਤੋਂ ਬਚਾਵੇ ਝੋਟੀ ਜਿਹੜੀ ਪਹਿਲਣ ਹੁੰਦੀ ਨਾ ਹਾਂਜੀ ਕਿਉਂਕਿ ਕੱਦ ਮੜੋ ਚੰਗੀ ਮਸ਼ਕਾਂ ਕੱਚੀ ਝੋਟੀ ਸੂ ਕੇ ਆਮ ਨੀ ਮਈਆਂ ਬਾਹੀਆਂ ਜਿਹੜਾ ਬੰਦਾ ਅੱਲਾ ਦੇ ਹੁਕਮ ਸਮਝਦਾ ਆਇਆ ਨਾ ਇਹ ਮੈਂ ਇਹਨੂੰ ਰਬੜ ਐਵੇ ਜਿਵੇਂ ਰਬੜ ਨੀ ਹੁੰਦੀ ਇਵੇਂ ਵਧਣਾ ਤੇ ਇਵੇਂ ਇਹਨੂੰ ਖਾ ਖਾ ਪੁਰਾਣੀਆਂ ਹੁੰਦੀਆਂ ਨੇ ਇੱਥੇ ਸੁੱਕਾ ਸਿੰਨਾ ਖਾ ਖਾ ਹੁੰਦੀਆਂ ਨੇ ਚਾਚਾ ਜਿਹੜੇ ਨੇ ਮੰਡਾ ਸੱਟਿਆ ਮੈਂ ਅੱਲਾ ਦੇ ਹੁਕਮ ਨਸਲੀ ਮਈਆਂ ਦੱਸਾਂਗੀ ਚਾਚਾ ਜੇ ਕੋਈ ਕਸਰ ਕੱਟ ਰੱਖੀ ਨਾ ਵਿੱਚ ਜੇ ਕੋਈ ਵਾਧਾ ਘੱਟ ਹੈਗਾ ਘਰ ਮੌਕੇ ਤੇ ਘਰ ਮੇਰੀ ਗੱਲ ਸੁਣ ਲਈ ਜੀ ਜੀ ਇਹ ਅਸੀਂ ਆਪਣੇ ਭਰਾਵਾਂ ਦੀ ਖਾਤਰ ਯਕੀਨ ਕਰ ਜਾ ਜਿੰਨੇ ਸਾਡੇ ਤੁਸੀਂ ਬੜੀ ਬਹਿਸ ਕਰਦੇ ਮੇਰੇ ਨਾਲ ਆਮ ਬੰਦੇ ਨੀ ਕਰਦੇ ਤੁਸੀਂ ਬੜੀ ਸਸਤੀਆਂ ਜਿਹੜੇ ਇਲਾਕੇ ਜਾਵੇਗੀ ਕੋਈ ਬੰਦਾ ਉਹਨਾਂ ਨੂੰ ਇਹ ਨਾ ਕਹੇਗਾ ਯਾਰ ਯਾਰ ਕਸਰ ਮਾਸ਼ਾਅੱਲਾ ਇਧਰ ਵੇਖਣਾ ਰਿਆਜ਼ ਆਵੇ ਆਮ ਨੀ ਬੰਦੇ ਹੁੰਦੇ ਮੈਨੂੰ ਮੂੰਹ ਨਿਕਲ ਜਾਂਦਾ ਯਾਰ ਉਹ ਗੱਲ ਤੇ ਗੱਲ ਆਜੀ ਤੇਰਾ ਨਾਂ ਕੀ ਮੰਤੇ ਗੁਲਾਮ ਗੁਲਾਮ ਆਜੀ ਸਾਹਿਬ ਅੱਲਾ ਦਾ ਗੁਣ ਆਂਦੇ ਜਿਵੇਂ ਸੋਨਾ ਹੁੰਦਾ ਕੋਈ ਬੰਦਾ ਹੁਣ ਮੇਰੀ ਗੱਲ ਸੁਣ ਲੈ 3,00,000 ਤੇ ਕਿੰਨੇ ਆਖੇ 3,30,000 ਰੁਪਇਆ 3,30,000 ਪਿਆਰ ਮੁਹੱਬਤ ਕਰ ਕੋਈ ਮੇਰਾ ਵੀਰ ਜਾਵੇ ਤੇ ਨਾ ਆਖੇ ਯਾਰ ਅੱਜ ਗੁਲਾਮ ਤੇ ਝੋਟੀ ਲੈ ਲਈ ਤੁਹਾਨੂੰ ਮਹਿੰਗੀ ਦਵਾਈ ਸਾਨੂੰ ਨਹੀਂ 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 ਇਨਸ਼ਾਅੱਲਾ ਇਹ ਗੱਲ ਨਹੀਂ ਕੋਈ ਆਖੇ ਪੱਕੀ ਗੱਲ ਹੈ ਪੱਕੀਆਂ ਗਰੰਟੀਆਂ ਅੱਛਾ ਕੋਈ ਪਿਆਰ ਮੁਹੱਬਤ ਕਰ ਯਾਰ ਵੀਰ ਜੀ ਅੱਜ ਝੋਟੀ ਦੇ ਦਾਂ ਪੱਕੀ ਗੱਲ ਹੈ ਪੱਕੀਆਂ ਗਰੰਟੀਆਂ ਜੇ ਕੋਈ ਭਾਈ ਆਵੇ ਮਗਰ ਸਾਡਾ ਹਾਂਜੀ ਭਾਈ ਸਮਝ ਤੇ ਉਹਦੇ ਵਾਸਤੇ ਕੋਈ ਪਿਆਰ ਮੁਹੱਬਤ ਆਈ ਸਾਹਿਬ ਹੋਰ ਕੋਈ 2,000 ਕਰ ਲਾਂਗੇ ਹੋਰ ਕੋਈ ਹੁਣ ਸਾਡਾ ਸਿਰ ਪਾੜੂ ਜੇ ਤੇ ਫ੍ਰੀ ਜਾਣੀ ਕੇ ਬਾਬਾ ਖਲੋਤੀ ਛੱਡ ਜਾ ਅਸੀਂ ਤਾਂ ਹੁਣ ਫ੍ਰੀ ਬੜੀ ਮਿਹਰਬਾਨੀ ਅਸੀਂ ਫ੍ਰੀ ਨਹੀਂ ਦਿੰਦੇ ਕਿਉਂਕਿ ਸਾਡੇ ਨਾਲ ਜਿੰਨੇ ਬੰਦੇ ਜੁੜੇ ਹੁੰਦੇ ਸਾਡੇ ਭਾਈ ਹੁੰਦੇ ਨੇ ਸਾਡੇ ਜਿਹੜੇ ਬੰਦੇ ਜਨਾਬ ਚੈਨਲ ਵੇਖਦੇ ਨੇ ਵੀਡੀਓ ਵੇਖਦੇ ਨੇ ਤਾਂ ਵੀ ਜਨਾਬ ਸਾਡਾ ਸਲੂਟ ਉਹਨਾਂ ਨੂੰ ਜਿਹੜੇ ਨਹੀਂ ਵੇਖਦੇ ਉਹ ਅੱਗੇ ਟੋਰ ਦਿੰਦੇ ਨੇ ਉਹਨਾਂ ਨੂੰ ਡਬਲ ਸਲੂਟ ਬਾਕੀ ਜਨਾਬ ਭਾਈ ਜਾਣਦੇ ਨੇ ਕਿ ਇਨਸ਼ਾਅੱਲਾ ਗੁਲਾਮ ਮੁਹੰਮਦ ਕੋਲ ਕੋਈ ਜਾਨਵਰ ਇਨਸ਼ਾਅੱਲਾ ਖਰੀਦਿਆ ਤੇ ਅੱਲਾ ਦੇ ਫਜ਼ਲ ਕਰਮ ਨਾਲ ਵਾਧਾ ਘਾਟਾ ਨਹੀਂ ਹੋਇਆ ਬਾਕੀ ਜਨਾਬ ਪਸੰਦ ਮੇਰੇ ਸੱਜਣਾ ਦੀ ਰੇਟ ਆਪਾਂ ਇਨਸ਼ਾਅੱਲਾ ਬਹਿਸ ਕਰਕੇ ਜਾਨਵਰ ਦਵਾਈ ਦਾ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਠੰਡ ਚ ਖਾਡਾ ਘਾਟਾ ਵਾਧਾ ਉਹਦੀ ਆਪਣੀ ਜਵਾਬਦਾਰੀ ਹੈ ਭਰਾਵਾਂ ਨੇ ਪਸੰਦ ਕਰਨੀ ਹੈ ਸੀਲ ਸਹੂ ਹੈ ਮੂੰਹ ਧੋਂਦੀ ਹੈ ਚੋਟੀ ਲਾਜਵਾਬ ਹੈ ਮਗਰ ਕੱਟੀ ਹੈ ਕੈਮਰਾਮੈਨ ਸਾਹਿਬ ਕੱਟੀ ਵਿਖਾ ਦਿਓ ਚਾਚਾ ਕੱਟੀ ਵਿਖਾ ਦਿਓ ਕੱਟੀ ਯਾਰ ਆ ਵੇਖ ਲਓ ਆਣ ਕੇ ਥੱਬੇ ਦਾ ਬਹਾਨਾ ਮਾਸ਼ਾਅੱਲਾ ਸੋਹਣਾ ਥਾਣ ਹੈ ਪੂਰੀਆਂ ਮੁੱਠ ਮੁੱਠ ਦਾ ਵਿਰਲਾਂ ਤੇ 3,00,000 ਤੇ 20,000 ਇਹਦੇ ਵਿੱਚ ਇਨਸ਼ਾਅੱਲਾ ਪਿਆਰ ਮੁਹੱਬਤ ਮਗਰ ਕੱਟੀ ਸ਼ਾਹਕਾਰੀ ਕੱਟੀ ਮਾਸ਼ਾਅੱਲਾ ਤੁਹਾਨੂੰ ਖਾ ਚਾਚਾ ਬਾਈ ਪਾਕਿਸਤਾਨ ਜਿੰਦਾਬਾਦ।